ਜਿਹੜੀ ਅਜਿਹੀ ਪ੍ਰੈਸ ਕਾਨਫਰੰਸ ਕਰਨ ਕੀ ਮਕਸਦ ਕੀ ਹੈ, ਕੀ ਮਾਮਲਾ ਕੀ ਹੈ? ਇਹ ਥੋੜ੍ਹੇ ਦਿਨ ਪਹਿਲਾਂ ਅਨਾਜ ਮੰਡੀ ਧੂਰੀ ਦੇ ਵਿੱਚ ਨਾ ਕੁਛ ਏਸੀ ਦੇ ਜਿਹੜੇ ਕੰਪਰੈਸਰ ਕੰਡੈਂਸਰ ਹੁੰਦੇ ਆ ਉਹ ਚੋਰੀ ਹੋਣ ਦੀ ਵਾਰਦਾਤ ਹੋਈ ਸੀਗੀ, ਜਿਹਦੇ 'ਚ 6 ਕੰਡੈਂਸਰ ਜਿਹੜੇ ਹੈਗੇ ਆ ਉਸ ਰਾਤ ਨੂੰ ਚੋਰੀ ਹੋ ਗਏ ਸੀਗੇ। ਅਤੇ ਇਨਫੋਰਮੇਸ਼ਨ ਆਉਂਦੇ ਹੀ ਜਿਹੜੀ ਪੁਲਿਸ ਟੀਮ ਹੈ SHO ਸਿਟੀ ਦੀ ਅਗਵਾਈ 'ਚ ਇਹਨਾਂ ਨੇ ਜਿਹੜੇ CCTV ਕੈਮਰਾ ਵਗੈਰਾ ਦੇਖਣੇ ਸ਼ੁਰੂ ਕੀਤੇ ਸੀ ਅਤੇ ਥੋੜ੍ਹੇ ਟਾਈਮ ਦੇ ਵਿੱਚ ਹੀ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਵਿਦਇਨ 24 ਆਵਰਸ। ਉਸ ਤੋਂ ਬਾਅਦ ਉਹਨਾਂ 'ਤੇ FIR ਦਰਜ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਤੇ ਉਹਨਾਂ ਤੋਂ ਜੋ ਚੋਰੀ ਦਾ ਮਾਲ ਸੀਗਾ ਉਹ ਬਰਾਮਦ ਕੀਤਾ ਗਿਆ। ਇਹਦੇ 'ਚ 5 ਜਿਹੜੇ ਚੋਰ ਹੈਗੇ ਆ ਉਹ ਅਰੈਸਟ ਹੋਏ ਹੈਗੇ ਆ, ਸਤਨਾਮ ਸਿੰਘ ਹੈ, ਅਭਿਸ਼ੇਕ ਉਰਫ ਗੋਬਿੰਦਾ, ਸ਼ਿਕੰਦਰ, ਗੁਰਦਰਸ਼ਨ ਅਤੇ ਕਬਾੜੀਆ ਜਿਹਨੂੰ ਵੇਚੇ ਸੀਗੇ ਸੁਰੇਸ਼ ਕੁਮਾਰ। ਇਹ 5 ਧੂਰੀ ਦੇ ਰਹਿਣ ਵਾਲੇ, ਇਹਨਾਂ 'ਤੇ ਪਹਿਲਾਂ ਵੀ ਜਿਹੜੇ ਚੋਰੀ ਦੇ ਮੁਕੱਦਮੇ ਦਰਜ ਨੇ। ਇਹਨਾਂ ਨੇ ਜਿਹੜੇ ਟੋਟਲ 6 ਜਿਹੜੇ ਚੋਰੀ ਹੋਏ ਸੀ ਉਹ ਸੁਰੇਸ਼ ਕੁਮਾਰ ਦੇ ਪਲੋਟ 'ਚੋਂ ਰਿਕਵਰ ਹੋਏ ਆ, ਜਿਹਨਾਂ ਨੂੰ ਇੱਕ ਤਾਂ ਅਸੈਂਬਲਡ ਜਿਹੜਾ ਉਹੀ ਫੋਰਮ 'ਚ ਮਿਲ ਗਿਆ ਹੈਗਾ, ਬਾਕੀਆਂ ਨੂੰ ਇਹਨਾਂ ਨੇ ਡਿਸਮੈਂਟਲ ਕਰਕੇ ਮਿੱਟੀ ਦੇ ਵਿੱਚ ਦਬਾਤਾ ਸੀਗਾ ਪਲੋਟ ਦੇ ਵਿੱਚ। ਉੱਥੋਂ ਇਹਨਾਂ ਨੇ ਡਿਊਰਿੰਗ ਇਨਵੈਸਟੀਗੇਸ਼ਨ ਨੇ ਰਿਕਵਰ ਕੀਤੇ ਹੈਗੇ ਆ। ਅਤੇ ਜ਼ਿਕਰਯੋਗ ਹੈ ਕਿ ਇਹੀ ਬੰਦੇ ਜਿਹੜੇ ਹੈਗੇ ਆ ਇਹ ਪਹਿਲਾਂ ਧੂਰੀ ਸਿਟੀ ਅਤੇ ਆਲੇ ਦੁਆਲੇ ਦੇ ਏਰੀਏ ਦੇ ਵਿੱਚੋਂ ਜਿਹੜੇ ਟਾਵਰਸ ਨੇ ਉਹਨਾਂ ਤੋਂ ਬੈਟਰੀਆਂ ਚੋਰੀ ਕਰਦੇ ਰਹੇ ਆ। ਟੋਟਲ 48+ ਬੈਟਰੀ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ, ਉਹਦੀ ਵੀ FIR ਸਿਟੀ ਦੀ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ਼ ਦਰਜ ਹੈ, ਤਾਂ ਉਹਦੀ ਵੀ ਰਿਕਵਰੀ ਅਸੀਂ ਇਹਨਾਂ ਤੋਂ ਕਰਵਾ ਰਹੇ ਹੈਗੇ ਹਾਂ। ਅਤੇ ਇਸ ਤੋਂ ਇਲਾਵਾ ਡਿਊਰਿੰਗ ਫਰੋਮ ਇਨ ਲਾਸਟ 2 ਮੰਥਸ 34 ਜਿਹੜੇ ਚੋਰ ਹੈਗੇ ਆ ਉਹ ਧੂਰੀ ਦੇ ਵਿੱਚੋਂ ਅਰੈਸਟ ਕੀਤੇ ਹੈਗੇ ਆ। ਉਹ ਚਾਹੇ ਵਹੀਕਲ ਚੋਰ ਸੀਗੇ, ਚਾਹੇ ਇਹ ਚੋਰੀ ਹੋਈ ਸੀ ਇਹ ਵੀ ਰਿਕਵਰ ਹੋ ਗਈ ਹੈ, ਜਾਂ ਜਿਹੜੇ ਸ਼ਿਵਪੁਰੀ ਜਾਂ ਹੋਰ ਮੁਹੱਲਿਆਂ ਦੇ ਵਿੱਚ ਰਾਤਾਂ ਨੂੰ ਘਰਾਂ 'ਚ ਵੜ ਕੇ ਚੋਰੀ ਕਰਦੇ ਸੀ ਉਹ ਵੀ ਬੰਦੇ ਅਰੈਸਟ ਹੋਏ ਆ। ਤਾਂ ਅਸੀਂ ਜਿਹੜਾ ਵੀ ਕ੍ਰਾਈਮ ਹੁੰਦਾ ਹੈਗਾ ਉਹਦੇ ਮਗਰ ਲੱਗ ਕੇ ਉਹਨੂੰ ਜਲਦੀ ਤੋਂ ਜਲਦੀ ਟਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਚੋਰੀਆਂ ਦੇ ਰਿਲੇਟਡ ਜਿਹੜੇ ਇੰਸੀਡੈਂਟਸ ਹੋਏ ਸੀਗੇ ਉਹਨਾਂ 'ਤੇ ਉਹਨਾਂ ਨੂੰ ਟਰੇਸ ਕਰਨ 'ਚ ਕਾਮਯਾਬ ਹੋਏ ਹਾਂ ਅਤੇ ਲੱਗੇ ਹੋਏ ਹਾਂ ਕਿ ਅੱਗੇ ਫਰਦਰ ਜੇ ਕੋਈ ਕ੍ਰਾਈਮ ਹੁੰਦਾ ਤਾਂ ਉਹਨੂੰ ਜਲਦੀ ਤੋਂ ਜਲਦੀ ਅਸੀਂ ਉਹਨੂੰ ਟਰੇਸ ਕਰ ਲਈਏ ਅਤੇ ਉਹਨੂੰ ਪ੍ਰੀਵੈਂਟ ਵੀ ਕਰ ਲਈਏ ਹੋਣ ਤੋਂ ਪਹਿਲਾਂ। ਸਰ ਜਿਹੜਾ ਕਬਾੜੀ ਹੈ, ਕਬਾੜੀਆ ਪਹਿਲਾਂ ਵੀ ਚੋਰ ਦਾ ਸਮਾਨ ਲੈਂਦਾ ਸੀਗਾ? ਯੈਸ, ਇੱਥੇ ਪਹਿਲਾਂ ਵੀ ਇੱਕ ਮੁਕੱਦਮਾ ਕੁਮਾਰ ਨਾਮ ਦਾ ਹੈਗਾ, ਇਹ ਸ਼ੇਰਪੁਰ ਬਾਈਪਾਸ ਧੂਰੀ ਦਾ ਰਹਿਣ ਵਾਲਾ, ਤਾਂ ਇੱਥੇ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ, ਹੁਣ ਵੀ ਇਹਤੋਂ ਜਿਹੜਾ ਹੈਗਾ ਸਮਾਨ ਰਿਕਵਰ ਹੋਇਆ। ਹੋਰ ਵੀ ਇਹਤੋਂ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਕਿ ਕੀ ਜਿਹੜਾ ਸਮਾਨ ਇਹਦੇ ਕੋਲ ਹੋ ਸਕਦਾ ਜਿਹੜਾ ਚੋਰੀਆਂ ਦੇ ਰਿਲੇਟਡ ਹੋਵੇ। ਹੁਣ 2 ਚੋਰ ਪੜੇ ਨੇ ਆਪਣੇ, ਟੋਟਲ 5 ਨੇ। ਇਹਨੇ ਬੇਸਿਕਲੀ ਜਿਹੜਾ ਇਹ ਸਮਾਨ ਰਿਕਵਰ ਹੋਇਆ ਇਹਨਾਂ ਦੇ ਨਾਲ ਹੀ ਜਿਹੜੇ ਬੈਟਰੀ ਦੀਆਂ ਵਾਰਦਾਤਾਂ ਹੋਈਆਂ ਸੀ ਉਹ ਵੀ ਇਹਨਾਂ ਨੇ ਮੰਨ ਲਈਆਂ। ਇਸ ਤੋਂ ਇਲਾਵਾ ਕੁਛ ਹੋਰ ਵਾਰਦਾਤਾਂ ਇਹ ਦੱਸ ਰਹੇ ਹੈਗੇ ਆ, ਤਾਂ ਉਹ ਜਿਵੇਂ ਹੀ ਰਿਕਵਰੀਜ਼ ਹੁੰਦੀਆਂ ਉਹਦੇ ਰਿਲੇਟਡ ਤਾਂ ਉਹਦੇ ਅਕੋਰਡਿੰਗਲੀ ਇਹਨਾਂ 'ਤੇ ਜਿਹੜਾ ਵਾਧਾ ਜੁਰਮ ਹੈਗਾ ਉਹ ਕੀਤਾ ਜਾਏਗਾ। ਸਰ ਜਿਹੜੇ ਸ਼ਹਿਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਲੱਭੀਏ ਸਰ ਉਹਨੂੰ? ਡੈਫੀਨੇਟਲੀ ਚੋਰੀ ਦੀਆਂ ਘਟਨਾਵਾਂ 'ਚ ਕਮੀ ਤਾਂ ਆਈ ਹੈ। ਇੱਕ ਤਾਂ ਜਿਹੜੇ ਇੰਸੀਡੈਂਟਸ ਕਰ ਰਹੇ ਸੀ, ਰਿਪੀਟਡਲੀ ਇੰਸੀਡੈਂਟ ਕਰ ਰਹੇ ਸੀ, ਉਹ ਬੰਦੇ ਵੀ ਫੜੇ ਗਏ ਆ। ਕੁਛ ਬੰਦੇ ਹਜੇ ਫੜਨੇ ਪੈਂਡਿੰਗ ਨੇ, ਉਹ ਫੜ ਰਹੇ ਆ। ਬਾਕੀ ਲੋਕਾਂ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ, ਚੌਂਕੀਦਾਰ ਵਗੈਰਾ ਰੱਖੇ ਆ, ਨਾਲ ਆਪ ਵੀ ਠੀਕਰੀ ਪੈਰੇ ਦਿੱਤੇ ਹੈਗੇ ਆ। ਪੁਲਿਸ ਦਾ ਮਤਲਬ ਪੁਲਿਸ ਦਾ ਮੋਰਾਲ ਵੀ ਅਪ ਕੀਤਾ, ਨਾਲ ਪੁਲਿਸ ਦੀ ਸਪੋਰਟ ਵੀ ਕੀਤੀ ਹੈ, ਤਾਂ ਉਹਦੇ ਚੱਲਦੇ ਕਾਫੀ ਜਿਹੜੇ ਇੰਸੀਡੈਂਟਸ ਇਹ ਡਰੋਪ ਹੋਏ ਆ। ਤਾਂ ਆਸ ਕਰਦੇ ਹਾਂ ਕਿ ਵਿਦਿਨ ਨੈਕਸਟ ਫਿਊ ਡੇਜ਼ ਇਹ ਇੰਸੀਡੈਂਟ ਟੋਟਲੀ ਬੰਦ ਕਰ ਦਾਂਗੇ, ਜਿਹੜੇ ਰਹਿੰਦੇ ਚੋਰ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ। ਅਸੀਂ ਲਿਸਟ ਤਿਆਰ ਕੀਤੀ ਹੈ, ਐਜ਼ ਪਰ ਦੈਟ ਲਿਸਟ 166 ਟੋਟਲ ਬੰਦੇ ਹੈਗੇ ਆ ਜਿਹੜੇ ਸਿਟੀ ਥਾਣੇ ਦੇ ਨਾਲ ਬਿਲੋਂਗ ਕਰਦੇ ਆ, ਜਿਹੜੇ ਚੋਰੀਆਂ ਦੀਆਂ ਜਿਹੜੇ 5 ਸਾਲਾਂ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਇਨਵੋਲਵ ਹੋਏ ਆ। ਉਹਨਾਂ ਨੂੰ ਅਸੀਂ ਇਕੱਲੇ ਨੂੰ ਉਹਦੀ ਲਿਸਟ ਪ੍ਰਪੇਅਰ ਕਰਕੇ ਉਹਦਾ ਡੋਜ਼ੀਅਰ ਤਿਆਰ ਕੀਤਾ ਹੈਗਾ, 110 ਦੇ ਕਲੰਦਰੇ ਕੀਤੇ ਆ ਕਿ ਜੇ ਦੁਬਾਰਾ ਇਹੋ ਜਿਹਾ ਇੰਸੀਡੈਂਟ ਕਰੇਗਾ ਤਾਂ ਉਹਨੂੰ ਬਾਊਂਡ ਕਰਵਾਇਆ ਹੈਗਾ। ਤਾਂ ਬਾਕੀ ਜਿਹੜੇ ਇਨਵੋਲਵਡ ਸੀਗੇ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਵੀ ਭੇਜਿਆ। ਤਾਂ ਮੈਂ ਦੱਸ ਰਿਹਾ ਕਿ ਟੋਟਲ 34 ਚੋਰ ਜਿਹੜੇ ਹੈਗੇ ਆ ਡਿਊਰਿੰਗ 2 ਮੰਥਸ ਜਿਹੜੇ ਅਰੈਸਟ ਕਰਕੇ ਆਪਾਂ ਜੇਲ੍ਹ ਭੇਜ ਚੁੱਕੇ ਹਾਂ। ਇਹਨਾਂ ਦਾ ਪਿਛਲਾ ਰਿਕਾਰਡ ਕਿਵੇਂ ਸਰ? ਇਹਨਾਂ ਦੇ ਜੋ ਸਤਨਾਮ ਆ ਉਹਦੇ 'ਤੇ 2 ਮੁਕੱਦਮੇ ਆ, ਇੱਕ ਜਿਹੜਾ ਜ਼ਿਆਦਾ ਮੁਕੱਦਮੇ ਵਾਲਾ ਗੁਰਦਰਸ਼ਨ ਸਿੰਘ ਉਰਫ ਪਲੰਬਰ ਜਿਹਨੂੰ ਕਹਿੰਦੇ ਹੈਗੇ ਆ, ਜਨਤਾ ਨਗਰ ਧੂਰੀ ਰਿਆਂ ਦਾ ਰਹਿਣ ਵਾਲਾ, ਇੱਥੇ 5 ਪਰਚੇ ਆ, ਬਾਕੀਆਂ 'ਤੇ ਸਾਰਿਆਂ 'ਤੇ 1-1-2 ਪਰਚੇ ਆ। ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਲੋਕਾਂ ਨੂੰ ਇਹੀ ਅਪੀਲ ਕਰਦਾ ਜੀ, ਜਦੋਂ ਵੀ ਕ੍ਰਾਈਮ ਹੁੰਦਾ, ਕ੍ਰਾਈਮ 'ਚ ਮਤਲਬ ਬੇਸਿਕਲੀ ਡਰ ਦਾ ਮਾਹੌਲ ਜਾਂ ਸਹਿਮ ਦਾ ਮਾਹੌਲ ਕਈ ਵਾਰੀ ਬਣ ਜਾਂਦਾ, ਪਰ ਉਹ ਇੱਕ ਪੁਲਿਸ 'ਤੇ ਵਿਸ਼ਵਾਸ ਰੱਖੋ, ਇੱਕ ਦੂਸਰੇ 'ਤੇ ਆਪਾਂ ਵਿਸ਼ਵਾਸ ਰੱਖੀਏ, ਰਲ ਮਿਲ ਕੇ ਕੰਮ ਕਰੀਏ, ਇੱਕ ਦੂਸਰੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੀਏ। ਕੋਈ ਵੀ ਕ੍ਰਾਈਮ ਹੁੰਦਾ ਉਹ ਡੈਫੀਨੇਟਲੀ ਫੜਿਆ ਜਾਣਾ ਹੁੰਦਾ, ਉਹ ਦੇਰ ਹੋ ਜਾਂਦੀ ਹੈ ਕਈ ਵਾਰ, ਪਰ ਉਹ ਟਰੇਸ ਕਰਨਾ ਡੈਫੀਨੇਟਲੀ ਸਾਡਾ
ड्यूटी बनती है असी एज ए फर्ज समझ के अपना करते हैं तो ये डबल मेहनत करके काम करते हैं तो एस एच ओ सिटी की टीम ने बड़ा अच्छा एफर्ट किया है तो पब्लिक के सहयोग की उम्मीद करते हैं सारी टीम साड़ी तो वो मिल भी रहा है तो अगे तो भी असं आस करते हैं कि मिलता रहेगा।